10 ਦਿਨ ਪਹਿਲਾਂ ਪੇਸ਼ੀ ਤੋਂ ਬਾਅਦ ਬਠਿੰਡਾ ਜੇਲ੍ਹ ਵਾਪਸ ਜਾਂਦੇ ਸਮੇਂ ਸੰਗਰੂਰ 'ਚ ਪੁਲਿਸ ਮੁਲਾਜ਼ਮ ਦੀ ਲੱਤ ਵਿੱਚ ਗੋਲੀ ਮਾਰ ਕੇ ਗੈਂਗਸਟਰ ਭਗਵਾਨ ਸਿੰਘ ਉਰਫ ਗੱਗੀ ਨੂੰ ਭਜਾ ਕੇ ਲਿਜਾਣ ਵਾਲੇ ਦੋ ਨੌਜਵਾਨਾਂ ਨੂੰ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਦਬੋਚ ਲਿਆ, ਜਦੋਂ ਕਿ ਸਰਗਣਾ ਜਬਰਾ ਸਮੇਤ ਤਿੰਨ ਸਾਥੀ ਪੁਲਿਸ ਨੂੰ ਧੋਖਾ ਦੇ ਕੇ ਫਰਾਰ ਹੋਣ 'ਚ ਕਾਮਯਾਬ ਹੋ ਗਏ। ਸਾਰੇ ਬਲਾਕ ਵੀ ਅਗਰ ਨਗਰ ਵਿੱਚ ਬੈਠ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸੀ। ਪੁਲਿਸ ਨੂੰ ਉਹਨਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ। ਇਹ ਜਾਣਕਾਰੀ DCP ਢੀਂਡਸਾ ਨੇ ਪੱਤਰਕਾਰਾਂ ਨੂੰ ਇੱਕ ਪ੍ਰੈਸ ਕਾਨਫਰੰਸ ਰਾਹੀਂ ਦਿੱਤੀ ਹੈ। ਇੱਕ ਬਠਿੰਡਾ ਜੇਲ੍ਹ ਤੋਂ ਇੱਕ ਕੈਦੀ ਲਿਆਂਦਾ ਜਾ ਰਿਹਾ ਸੀਗਾ ਪੇਸ਼ੀ ਤੋਂ ਬਾਅਦ, ਜਦੋਂ ਮੂਣਕ ਏਰੀਏ ਵਿੱਚ ਸੰਗਰੂਰ ਡਿਸਟ੍ਰਿਕਟ ਵਿੱਚ ਇਹਨਾਂ ਨੇ ਪੁਲਿਸ ਪਾਰਟੀ 'ਤੇ ਅਟੈਕ ਕੀਤਾ ਸੀ ਔਰ ਉੱਥੋਂ ਆਪਣਾ ਸਾਥੀ ਛੁਡਾ ਕੇ ਲੈ ਗਏ ਸੀ। ਉਹਦੇ ਵਿੱਚ ਸਾਡਾ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਸੀ। ਇਹ ਬੜੇ ਹਾਰਡਕੋਰ ਔਰ ਡੈਸਪਰੇਟ ਕ੍ਰਿਮੀਨਲ ਨੇ, ਦੋ ਕ੍ਰਿਮੀਨਲ ਇਹ ਜਿਹੜੇ ਹਰਸਿਮਰਨ ਸਿੰਘ ਸਿੰਮਾ ਔਰ ਇੰਦਰਜੀਤ ਸਿੰਘ ਇੰਦਰ, ਇਹ ਦੋਨੋਂ ਸਾਡੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਆ ਔਰ ਇਹਨਾਂ ਕੋਲੋਂ ਦੋ ਵੈਪਨ, ਇੱਕ 32 ਬੋਰ ਪਿਸਟਲ, ਦੋ ਨਾਲ 7 ਕਾਰਟਰੇਜਸ ਅਤੇ ਔਰ ਇੱਕ 315 ਬੋਰ ਦਾ ਦੇਸੀ ਇੱਕ ਖੱਟਾ ਟਾਈਪ ਮਿਲਿਆ, ਉਹਦੇ 5 ਕਾਰਟਰ ਲਾਈਵ ਕਾਰਟਰੇਜਸ ਮਿਲੇ ਨੇ। ਇਹ ਹੁਣ ਇੱਥੋਂ ਲੁਧਿਆਣੇ ਤੋਂ ਕੋਈ ਵਹੀਕਲ ਖੋਹਣ ਦੀ ਫਿਰਾਕ ਵਿੱਚ ਸੀਗੇ ਕਿ ਇੱਥੋਂ ਇਹਨਾਂ ਨੇ ਕੋਈ ਗੱਡੀ ਖੋਹ ਕੇ ਲਿਜਾ ਕੇ ਅਤੇ ਮੋਗੇ ਵਿੱਚ ਕੋਈ ਵਾਰਦਾਤ ਕਰਨੀ ਸੀ, ਕਿਸੇ ਨੂੰ ਇਹਨਾਂ ਦੀ ਕਿਸੇ ਨਾਲ ਦੁਸ਼ਮਣੀ ਸੀ, ਉਹਨੂੰ ਟਾਰਗੇਟ ਕਰਨ ਦੀ ਇਹਨਾਂ ਦੀ ਪਲੈਨਿੰਗ ਸੀ। ਹਾਲੇ ਸਾਡੀ ਹੁਣ ਰਿਮਾਂਡ 'ਚ ਨੇ, ਇਹਨਾਂ ਦੇ ਫਰਦਰ ਕਾਫੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ਔਰ ਇਹਨਾਂ ਦੀ ਫਰਦਰ ਅਸੀਂ ਪੁੱਛਗਿੱਛ ਅਜੇ ਚੱਲ ਰਹੀ ਹੈ। ਜੀ ਦੇਖ ਰਹੇ ਹੋ ਪਟਿਆਲਾ TV, ਪਟਿਆਲਾ TV ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ TV। ਹੁਣ ਤੁਹਾਡੀ 10ਵੀਂ ਅਤੇ 12ਵੀਂ ਤੋਂ ਬਾਅਦ ਨੌਕਰੀ ਦੀ ਚਿੰਤਾ ਖਤਮ। ਗਲੋਬਲ ਅਚੀਵਰਸ ਅਵਾਰਡ ਨਾਲ ਸਨਮਾਨਿਤ ਪਟਿਆਲਾ ਦੀ ਸਵੈ ਰੋਜ਼ਗਾਰ ਪ੍ਰਦਾਨ ਕਰਵਾਉਣ ਵਾਲੀ ਪਹਿਲੀ ਅਤੇ ਸਭ ਤੋਂ ਪੁਰਾਣੀ ਸੰਸਥਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ISO ਪ੍ਰਮਾਣਿਤ ਪੰਜਾਬ ਦਾ ਨੰਬਰ 1 ਇੰਸਟੀਚਿਊਟ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ ਫੈਕਟਰੀ ਏਰੀਆ ਨੀਅਰ ਸ਼ਿਵ ਮੰਦਿਰ, ਪਟਿਆਲਾ, ਪੰਜਾਬ।